ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਮੂਹ ਸੰਗਤਾਂ ਨੂੰ ਇੱਕ ਖਾਸ ਅਪੀਲ ਕਰਨੀ ਹੈ। ਅੱਜ 23 ਅਪ੍ਰੈਲ ਜਿਹੜਾ 2023 ਹੈ, ਲਗਭਗ 1 ਮਹੀਨਾ ਪਹਿਲਾਂ ਜਿਹੜਾ ਹਿੰਦੁਸਤਾਨ ਦੀ ਹਕੂਮਤ ਨੇ ਪੰਜਾਬ ਦੀ ਸਰਕਾਰ ਨਾਲ ਮਿਲ ਕੇ ਜਿਹੜਾ ਸਿੱਖ ਕੌਮ 'ਤੇ ਹਮਲਾ ਕੀਤਾ ਸੀ, ਉਹਦੇ ਵਿੱਚ ਉਹਨਾਂ ਨੇ ਸਾਨੂੰ ਜਿਸ ਤਰੀਕੇ ਨਾਲ ਘੇਰਾਬੰਦੀ ਕਰਕੇ ਸਾਨੂੰ ਗ੍ਰਿਫਤਾਰ ਕਰਨ ਦਾ ਯਤਨ ਕੀਤਾ, ਉਸ ਮੌਕੇ ਸਾਨੂੰ ਇਹ ਲੱਗਦਾ ਨਹੀਂ ਸੀ ਕਿ ਗ੍ਰਿਫਤਾਰੀ ਹੈ ਜਿਹੜੇ ਤਰੀਕੇ ਦੀ ਰਵੱਈਆ ਉਹਨਾਂ ਨੇ ਅਪਣਾਇਆ ਸੀ। ਕਿਉਂਕਿ ਜੇ ਮੈਂ ਗ੍ਰਿਫਤਾਰੀ ਕਰਨੀ ਹੁੰਦੀ ਤਾਂ ਮੈਨੂੰ ਲੱਗਦਾ ਕਿ ਉਹਨਾਂ ਨੂੰ ਸਾਡੇ ਘਰ ਤੋਂ ਸਾਨੂੰ ਆਣ ਕੇ ਕਹਿ ਦੇਣਾ ਚਾਹੀਦਾ ਸੀ ਕਿ ਅਸੀਂ ਗ੍ਰਿਫਤਾਰੀ ਕਰਨੀ ਚਾਹੁੰਦੇ ਹਾਂ ਅਤੇ ਅਸੀਂ ਖੁਸ਼ੀ ਖੁਸ਼ੀ ਜਿਹੜੀ ਆਪਣੀ ਗ੍ਰਿਫਤਾਰ ਕੇ ਦਿੰਦੇ। ਪਰ ਜਿਹੜਾ ਤਰੀਕਾ ਉਹਨੇ ਅਪਣਾਇਆ ਉਸ ਤੋਂ ਬਾਅਦ 'ਚ 1 ਮਹੀਨਾ ਲੱਗਾ ਅਤੇ ਸਟੇਟ ਦਾ ਪੂਰਾ ਚਿਹਰਾ ਜਿਹੜਾ ਦੁਨੀਆ ਸਾਹਮਣੇ ਨੰਗਾ ਹੋ ਗਿਆ। ਦੁਨੀਆ ਭਰ ਦੇ ਵਿੱਚ ਵੱਸਦੇ ਸਿੱਖਾਂ ਦੀ ਜਿਹੜੇ ਦਿਲ ਨੇ ਉਹ ਪਸੀਜੇ ਗਏ ਅਤੇ ਉਹਨਾਂ ਨੇ ਜਿਹੜੀ ਸਿੱਖ ਕੌਮ 'ਤੇ ਹਮਲੇ ਦੀ ਅਪੀਲ ਨੂੰ ਮਹਿਸੂਸ ਕੀਤਾ। ਦੁਨੀਆ ਭਰ ਦੇ ਵਿੱਚ ਪ੍ਰੋਟੈਸਟ ਹੋਏ, ਦੁਨੀਆ ਭਰ ਦੇ ਵਿੱਚ ਸਿੱਖਾਂ ਨੇ ਰੋਸ ਮੁਜ਼ਾਹਰੇ ਕੀਤੇ ਔਰ ਉਹਨਾਂ ਰੋਸ ਮੁਜ਼ਾਹਰਿਆਂ 'ਚ ਸਿੱਖਾਂ ਨੇ ਜਿਹੜੀ ਦਿਲ ਦੀ ਭਾਵਨਾ ਪ੍ਰਗਟ ਕੀਤੀ। ਸੋ 1 ਮਹੀਨੇ ਦੇ ਵਿੱਚ ਅਨੇਕਾਂ ਹੀ ਸਿੱਖਾਂ ਦੇ ਉੱਤੇ ਜਿਹੜਾ ਜ਼ੁਲਮ ਕੀਤਾ ਗਿਆ, ਅੰਨੇਵਾਹ ਫੜੋਫੜੀ ਕੀਤੀ ਗਈ ਹੈ। ਜਿਹੜੇ ਸਿੱਖ ਨੌਜਵਾਨ ਜਿਹੜੇ ਸੀ, ਜਿਹੜੇ ਸਿੱਖੀ ਦਾ ਦਰਦ ਰੱਖਦੇ ਆ, ਜਿਹੜੇ ਸੋਸ਼ਲ ਮੀਡੀਆ 'ਤੇ ਕੁਝ ਲਿਖਦੇ ਬੋਲਦੇ ਸੀ, ਉਹਨਾਂ ਨੂੰ ਵੀ ਹਕੂਮਤ ਨੇ ਇਸ ਤਰੀਕੇ ਨਾਲ ਜਿਹੜਾ ਉਹਨਾਂ ਦਾ ਵਤੀਰਾ ਕੀਤਾ, ਚੁੱਕ ਚੁੱਕ ਕੇ ਜੇਲ੍ਹਾਂ 'ਚ ਸੁੱਟਿਆ ਗਿਆ। ਸੋ ਇਹ ਸਾਰੇ ਵਰਤਾਰੇ ਤੋਂ ਬਾਅਦ ਸਿੱਖ ਕੌਮ ਨੂੰ ਇੱਕ ਭੁਲੇਖਾ ਜਿਹੜਾ ਕੌਮ ਦਾ ਦੂਰ ਹੋ ਜਾਂਦਾ। ਉਹ ਭੁਲੇਖਾ ਇਹ ਆ ਵੀ ਅਸੀਂ ਬਰਾਬਰ ਦੇ ਸ਼ਹਿਰੀ ਹਾਂ, ਅਸੀਂ ਸੰਪੂਰਨ ਆਜ਼ਾਦ ਹਾਂ। ਕਈਆਂ ਦੇ ਮਨ 'ਚ ਭੁਲੇਖਾ ਸੀ ਜਿਹੜਾ ਇਸ ਵਰਤਾਰੇ ਤੋਂ ਬਾਅਦ ਦੂਰ ਹੋਇਆ। ਸੋ ਗ੍ਰਿਫਤਾਰੀ ਦਾ ਮੈਂ ਪਹਿਲਾਂ ਵੀ ਵਜਨ ਕੀਤੇ ਸੀ ਕਿ ਨਾਲ ਗ੍ਰਿਫਤਾਰੀ ਦਾ ਪਹਿਲਾਂ ਡਰ ਸੀ, ਨਾਲ ਜੀ ਗ੍ਰਿਫਤਾਰੀ ਦਾ ਡਰ ਹੈ। ਪਰ ਜਦੋਂ ਕਿਸੇ ਸਟੇਟ ਦਾ ਚਿਹਰਾ ਨੰਗਾ ਹੋਣਾ ਤਾਂ ਮਹਾਰਾਜ ਕੋਈ ਭੇਦ ਬਣਾਉਂਦੇ ਆ। ਸੋ ਇਸ ਕਰਕੇ ਅੱਜ ਅਸੀਂ ਇਹ ਫੈਸਲਾ ਕੀਤਾ ਕਿ ਜਿੱਥੇ ਅਨੇਕਾਂ ਨੌਜਵਾਨ ਜੇਲ੍ਹਾਂ 'ਚ ਸੁੱਟੇ ਗਏ ਨੇ, ਬੇਸ਼ੱਕ ਸਾਡੇ ਕੋਲ ਸਾਰੇ ਰਾਹ ਆ ਵੀ ਅਸੀਂ ਇੱਥੋਂ ਨਿਕਲ ਕੇ ਹੋਰਨਾਂ ਮੁਲਕਾਂ 'ਚ ਵੀ ਜਾ ਸਕੀਏ, ਪਰ ਮੈਂ ਇਸ ਤਰ੍ਹਾਂ ਦਾ ਮਨੁੱਖ ਨਹੀਂ ਕਿ ਜਦੋਂ ਭੀੜ ਪਵੇ ਅਤੇ ਉਦੋਂ ਆਪਣੇ ਸਾਥੀਆਂ ਨੂੰ ਛੱਡ ਕੇ ਅਤੇ ਕਿਸੇ ਹੋਰ ਮੁਲਕ 'ਚ ਤੁਰਿਆ ਫਿਰਾਂ। ਸੋ ਇਸ ਕਰਕੇ ਮੈਂ ਫੈਸਲਾ ਕੀਤਾ ਕਿ ਅੱਜ ਅਸੀਂ ਗ੍ਰਿਫਤਾਰੀ ਦੇਣੀ ਹੈ 23 ਅਪ੍ਰੈਲ 2023 ਨੂੰ। ਉਸ ਜਗ੍ਹਾ 'ਤੇ ਗ੍ਰਿਫਤਾਰੀ ਦੇਣ ਦਾ ਫੈਸਲਾ ਕੀਤਾ ਜਿਸ ਜਗ੍ਹਾ ਤੋਂ ਸਾਰਾ ਕੁਝ ਸ਼ੁਰੂ ਹੋਇਆ, ਜਿਸ ਜਗ੍ਹਾ ਤੋਂ ਮੇਰੀ ਦਸਤਾਰਬੰਦੀ ਹੋਈ ਹੈ, ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਪਿੰਡਰਾਣਾ ਦੇ ਜਨਮ ਸਥਾਨ 'ਤੇ ਜਿਹੜਾ ਗੁਰੂ ਘਰ ਬਣਿਆ, ਉਸ ਗੁਰੂ ਘਰ ਦੇ ਉੱਤੋਂ ਜਿੱਥੋਂ ਦਸਤਾਰਬੰਦੀ ਹੋਈ ਸੀ, ਜਿੱਥੋਂ ਕੌਮ ਨੇ ਇੰਨਾ ਮਾਣ ਬਖਸ਼ਿਆ, ਉਸੇ ਗੁਰੂ ਘਰ ਦੇ ਵਿੱਚ ਅੱਜ ਜਾ ਕੇ ਮੱਥਾ ਟੇਕ ਕੇ ਸਤਿਗੁਰੂ ਸੱਚੇ ਪਾਤਸ਼ਾਹ ਦਾ ਆਸ਼ੀਰਵਾਦ ਲੈ ਕੇ ਜਿਹੜੀ ਗ੍ਰਿਫਤਾਰੀ ਦੇਣੀ ਹੈ। ਉਸ ਤੋਂ ਬਾਅਦ 'ਚ ਮੇਰੀ ਕੌਮ ਨੂੰ ਅਪੀਲ ਹੈ ਵੀ ਤੁਸੀਂ ਅਰਦਾਸ ਬੇਨਤੀ ਕਰਨੀ ਹੈ, ਸੰਘਰਸ਼ ਨੂੰ ਜਾਰੀ ਰੱਖਣਾ ਹੈ ਅਤੇ ਜਿਹੜੀ ਖੰਡੇ ਬਾਟੀ ਦੀ ਪਹੁਲ ਤੋਂ ਜਿਹੜਾ ਸਾਨੂੰ ਇਹ ਰੋਕਿਆ ਗਿਆ ਹੈ, ਜਿਹਦੇ ਪ੍ਰਚਾਰ ਤੋਂ, ਜੇ ਇਸ ਖੰਡੇ ਬਾਟੀ ਦੀ ਪਹੁਲ ਛੱਕ ਕੇ ਹੀ ਸਹੀ ਆਜ਼ਾਦ ਹੋ ਸਕਦੇ ਹਾਂ, ਜੇ ਇਸ ਖੰਡੇ ਬਾਟੀ ਦੀ ਪਹੁਲ ਛੱਕਣ ਤੋਂ ਬਾਅਦ ਹੀ ਸਾਡੇ ਤੋਂ ਮੌਤ ਦਾ ਭੈ ਮੁਕਤ ਹੋ ਸਕਦਾ ਹੈ, ਜਿਸ ਤੋਂ ਬਾਅਦ 'ਚ ਹੀ ਅਸੀਂ ਨਸ਼ਿਆਂ ਤੋਂ ਜਿਹੜਾ ਛੁਟਕਾਰਾ ਪਾ ਸਕਦੇ ਹਾਂ, ਉਸ ਖੰਡੇ ਬਾਟੀ ਦੀ ਪਹੁਲ ਜਿਹੜੀ ਆ ਉਹ ਅਸੀਂ ਨਾ ਛੱਕ ਸਕੀਏ। ਐਸੇ ਮਾਹੌਲ ਪੈਦਾ ਕੀਤੇ ਗਏ ਖਾਲਸਾ ਵਹੀਰ ਜਿਹਨੇ ਪੰਜਾਬ ਦੇ ਵਿੱਚ ਹਜ਼ਾਰਾਂ ਹੀ ਨੌਜਵਾਨਾਂ ਦਾ ਨਸ਼ਾ ਛੁਡਾਇਆ, ਹਜ਼ਾਰਾਂ ਘਰ ਬਚਾਏ, ਉਸ ਨੂੰ ਰੋਕਣ ਦਾ ਇਹੋ ਜਿਹਾ ਯਤਨ ਸੀ ਹਕੂਮਤ ਵੱਲੋਂ। ਸੋ ਹਕੂਮਤ ਨੇ ਜੋ ਕੁਛ ਕਰਨਾ ਸੀ ਉਹਨਾਂ ਕਰ ਲਿਆ। ਹੁਣ ਮੇਰੀ ਸੰਗਤਾਂ ਨੂੰ ਅਪੀਲ ਹੈ ਵੀ ਆਪਾਂ ਇਹ ਸੰਘਰਸ਼ ਨੂੰ ਜਾਰੀ ਰੱਖਣਾ ਹੈ, ਅਸੀਂ ਖੰਡੇ ਬਾਟੀ ਦੀ ਜਿਹੜੀ ਪੌਲ ਹੈ, ਜਿਹੜੀ ਲਹਿਰ ਚਲਾਈ ਹੈ, ਉਸ ਨੂੰ ਜਾਰੀ ਰੱਖਦੇ ਹਾਂ। ਨੌਜਵਾਨਾਂ ਨੂੰ ਮੇਰੀ ਖਾਸ ਅਪੀਲ ਹੈ ਵੀ ਤੁਸੀਂ ਖੰਡੇ ਬਾਟੀ ਦੀ ਪੌਲ ਛੱਕਣੀ ਹੈ। ਅੱਜ ਜਿਹੜੀ ਗ੍ਰਿਫਤਾਰੀ ਦੀ ਖਬਰ ਹੈ ਉਹ ਦੁਨੀਆ ਭਰ ਵਿੱਚ ਪਹੁੰਚ ਜੂਗੀ। ਸੰਗਤਾਂ ਨੇ ਇੱਕ ਬੇਨਤੀ ਹੈ ਵੀ ਚੜ੍ਹਦੀ ਕਲਾ ਦੀ ਅਰਦਾਸਾਂ ਕਰਨੀਆਂ, ਅਰਦਾਸ ਬੇਨਤੀ ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਇਹੋ ਕਰਨੀ ਹੈ ਵੀ ਜਿਹੜੇ ਬਚਨ ਸਾਡੇ ਕੌਮ ਨਾਲ ਹੋਏ ਨੇ ਅਸੀਂ ਉਹਨਾਂ ਬਚਨਾਂ 'ਤੇ ਪੂਰੇ ਰਹੀਏ, ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਅਤੇ ਸੰਗਤ ਦੀਆਂ ਅਰਦਾਸਾਂ ਸਦਕਾ ਅਜੇ ਤੱਕ ਮਨ ਦੇ ਵਿੱਚ ਕਿਸੇ ਕਿਸਮ ਦਾ ਕੋਈ ਡਰ ਕੋ ਭੈ ਅਜੇ ਤੱਕ ਨਹੀਂ ਸਤਿਗੁਰ ਨੇ ਲਿਆਉਂਦਾ। ਸੋ ਅੱਗੇ ਵੀ ਇੱਦਾਂ ਚੱਲਦਾ ਰਹੇ, ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਇਹੋ ਅਰਦਾਸ ਹੈ। ਪੂਰੀ ਕੌਮ ਨੂੰ ਅਪੀਲ ਹੈ ਵੀ ਇਕੱਠੇ ਹੋ ਕੇ ਰਹਿਣਾ, ਆਪਸੀ ਇਤਫਾਕ ਏਕਤਾ ਜਿਹੜੀ ਉਹ ਕਾਇਮ ਰੱਖਣੀ ਹੈ, ਕਿਉਂਕਿ ਇਸ ਮੌਕੇ 'ਤੇ ਜਿੱਥੋਂ ਸਾਡੇ ਦੁਸ਼ਮਣ ਨੇ ਸਾਡੇ 'ਤੇ ਏਡਾ ਵੱਡਾ ਹੱਲਾ ਕੀਤਾ ਹੋਵੇ, ਆਪਸ ਦੇ ਵਿੱਚ ਖਾਨੇਦਾਰੀ ਸ਼ੁਰੂ ਕਰਨੀ ਚੰਗੀ ਗੱਲ ਨਹੀਂ। ਜਿਹੜੀਆਂ ਜਥੇਬੰਦੀਆਂ ਨੇ ਮੇਰਾ ਸਹਿਯੋਗ ਕੀਤਾ, ਜਿਹੜੀਆਂ ਜਥੇਬੰਦੀਆਂ ਨੇ ਨੌਜਵਾਨਾਂ ਦੇ ਨਾਲ ਖੜਨ ਦਾ ਤਹੱਈਆ ਕੀਤਾ, ਉਹਨਾਂ ਜਥੇਬੰਦੀਆਂ ਦਾ ਤਹਿ ਦਿਲੋਂ ਧੰਨਵਾਦ ਹੈ। ਜਿਨ੍ਹਾਂ ਨੇ ਇਸ ਮੌਕੇ 'ਤੇ ਵਿਰੋਧ ਕੀਤਾ, ਸਤਿਗੁਰੂ ਸੱਚੇ ਪਾਤਸ਼ਾਹ ਉਹਨਾਂ ਨੂੰ ਇਸ ਮਤ ਬਖਸ਼ਣ। ਮੇਰੀ ਨੌਜਵਾਨਾਂ ਨੂੰ ਅਪੀਲ ਆ ਵੀ ਆਪਸ 'ਚ ਉਲਝਣ ਨਾਲੋਂ ਜੇ ਅਸੀਂ ਕੌਮ ਦੇ ਇੱਦਾਂ 'ਚ ਕੰਮ ਕਰੀਏ ਤਾਂ ਉਹ ਸਾਡੇ ਵਾਸਤੇ ਜ਼ਰੂਰੀ ਹੈ। ਨਸ਼ਿਆਂ ਤੋਂ ਦੂਰ ਰਹਿ ਕੇ ਖੰਡੇ ਬਾਟੇ ਦੀ ਪੌਲ ਛੱਕ ਕੇ ਜੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਲੜ ਲੱਗਾਂਗੇ ਤਾਂ ਹੀ ਸਿੱਖੀ ਗਵਾਈ ਜਾ ਸਕਦੀ ਹੈ। ਸੋ ਮੇਰੀ ਨੌਜਵਾਨਾਂ ਨੂੰ ਇਹੋ ਅਪੀਲ ਹੈ ਵੀ ਜੇ ਤੁਸੀਂ ਮੈਨੂੰ ਪ੍ਰੇਮ ਕਰਦੇ ਜੋ ਅਤੇ ਜੇ ਤੁਸੀਂ ਚਾਹੁੰਦੇ ਜੋ ਕਿ ਅਸੀਂ ਦੁਬਾਰਾ ਸੰਗਤਾਂ 'ਚ ਵਿਚਰੀਏ, ਸਤਿਗੁਰ ਸੱਚੇ ਪਾਤਸ਼ਾਹ ਕੇ ਅਸੀਂ ਪਿੰਡ ਬਣਾਉਣ, ਕਿਉਂਕਿ ਜਿਹੜੇ ਕੇਸ ਹਕੂਮਤ ਨੇ ਪਾਏ ਨੇ ਇਹਨਾਂ ਦੇ ਵਿੱਚ ਹੈ ਕੁਛ ਨਹੀਂ, ਇਹ ਝੂਠੇ ਕੇਸ ਨੇ, ਇਹਨਾਂ ਦੇ ਪਿੱਛੇ ਕੋਈ ਸਬੂਤ ਨਹੀਂ, ਕੋਈ ਦਲੀਲ ਨਹੀਂ, ਕੋਈ ਅਪੀਲ ਨਹੀਂ, ਇਹ ਸਿਰਫ ਸਾਡੀ ਵਹੀਰ ਨੂੰ ਰੋਕਣ ਲਈ ਸਾਰਾ ਕੁਝ ਯਤਨ ਕੀਤਾ ਗਿਆ ਅਤੇ ਸਤਿਗੁਰ ਸੱਚੇ ਪਾਤਸ਼ਾਹ ਇਹਨਾਂ ਮੁਸ਼ਕਲਾਂ 'ਚੋਂ ਕੱਢ ਕੇ ਇੱਕ ਦਿਨ ਐਸਾ ਲਿਆਉਣਗੇ ਜਦੋਂ ਸੰਗਤਾਂ 'ਚ ਵਿਚਰਾਂਗੇ। ਸੋ ਗੁਰੂ ਸਾਹਿਬ ਕਿਰਪਾ ਕਰਨ, ਮੇਰੀ ਇੰਨੀ ਇੱਕ ਬੇਨਤੀ ਆਪਸੀ ਇਤਫਾਕ ਬਣਾ ਕੇ ਰੱਖਣਾ।
कौम ने मेरी बेनती है, चढ़ती कला च रहना है, चढ़ती कला च रही अगले कार्य करने हैं। सो इन बेनती खेमा का जाचक है जी। वाहेगुरु जी का खालसा, वाहेगुरु जी।